ਸਤ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਿਤ ਪ੍ਰਸਾਰ ਅਮਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਚਰਚਾ ਕਰਦਿਆਂ ਪੰਜਾਬ ਵਿੱਚ ਚਰਚਾ ਸਿਆਸੀ ਹਲਕਿਆਂ ਵਿੱਚ ਬੜੀ ਰੋਚਕ ਮਈ ਰੂਪ ਲੈ ਗਈ ਹੈ ਕਿ ਦੋ ਸਿੱਖ ਲੀਡਰ ਇੱਕ ਆਮ ਆਦਮੀ ਪਾਰਟੀ ਦਾ ਰਪੇਜਨ ਸਿੰਘ ਮੈਂਬਰ ਰਾਜ ਸਭਾ ਉਹਨਾਂ ਨੇ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਸਮੇਤ 22 ਤਰੀਕ ਅਜोध्या ਜਾਣਗੇ ਅਤੇ ਉੱਥੇ ਸ੍ਰੀ ਰਾਮ ਜੀ ਦੇ ਮੰਦਰ ਦੇ ਦਰਸ਼ਨ ਕਰਨਗੇ ਚਾਹੇ ਉਹਨਾਂ ਨੇ ਨਾਂ ਲੇ ਗਿਆ ਕਿ ਰਾਮ ਮੰਦਰ ਵਿੱਚ ਜੋ ਕੱਲ ਸ੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਿਸ਼ਟਾ ਹੋਣੀ ਹੈ ਉਹਦੇ ਵਿੱਚ ਉਪਾਗ ਨਹੀਂ ਲੈਣਗੇ ਯਾਨੀ ਕਿ ਹੋਰ ਵੀ ਜੋ ਉੱਥੇ ਸਮਾਗਮ ਜਾਂ ਸੈਰਮਨੀ ਦੋਨੀਆਂ ਉਹਨਾਂ 'ਚ ਭਾਗ ਦੇ ਨਹੀਂ ਲੈਣਗੇ ਪਰ ਉਹ ਉੱਥੇ ਆਪਣਾ ਦਰਸ਼ਨ ਕਰਨ ਜਾਣਗੇ ਜਿਹਨੂੰ ਅਸੀਂ ਪੰਜਾਬੀ 'ਚ ਕਹ ਲਈਏ ਤੇ ਮੱਥਾ ਵੀ ਟੇਕਣ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਐਕਟਰਸ ਗੀਤਾ ਬਸਰਾ ਵੀ ਹੋਣਗੇ ਤੇ ਉਹਨਾਂ ਦੇ ਦੋ ਬੱਚੇ ਵੀ ਹੋਣਗੇ ਸੋ ਇਹ ਜੋ ਫੈਸਲਾ ਲਿਆ ਹੈ ਪ੍ਰਜਨ ਸਿੰਘ ਨੇ ਇਹ ਉਸ ਦਾ ਜਾਤੀ ਮਾਮਲਾ ਅਸੀਂ ਇਹਦੀ ਅਲੋਚਨਾ ਨਹੀਂ ਕਰਦੇ ਪਰ ਕੋਈ ਕਿਸੇ ਦੂਸਰੇ ਧਰਮ ਦੇ ਸਮਾਗਮ ਵਿੱਚ ਆਪਣੇ ਜੇ ਕਿਸੇ ਦੂਸਰੇ ਧਰਮ ਵਿੱਚ ਕੋਈ ਬਹੁਤ ਮਹਾਨ ਫੰਕਸ਼ਨ ਹੋ ਰਿਹਾ ਹੈ ਸੈਲੀਬ੍ਰੇਸ਼ਨ ਹੋ ਰਹੀ ਹੈ ਉਹਦਾ ਜਾ ਕੇ ਹਿੱਸੇਦਾਰ ਬਣਦਾ ਹੈ ਤਾਂ ਇਹ ਉਸ ਦੀ ਆਪਣੀ ਮਰਜ਼ੀ ਹੈ ਅਤੇ ਇਸ ਨੂੰ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਇੱਕ ਚੰਗੀ ਗੱਲ ਵੀ ਹੈ ਉਹਨਾਂ ਦਾ ਉੱਥੇ ਜਾਣਾ ਕਿਉਂਕਿ ਕਿਸੇ ਵੀ ਵਿਅਕਤੀ ਦੀ ਜਿਹੜੀ ਆਸਥਾ ਭਾਵੇਂ ਨਾਂ ਵੀ ਹੋਵੇ ਉਸ ਧਰਮ ਵਿੱਚ ਕਿਸੇ ਧਰਮ ਵਿੱਚ ਪਰ ਉਸ ਧਰਮ ਦੇ ਇੱਕ ਜਿਹੜਾ ਮਹਾਨ ਸਮਾਗਮ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਕਰਤਾ ਕਰਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਨ ਤੋਂ ਉਹਦੇ ਵਿੱਚ ਭਾਵੇਂ ਬਹੁਤ ਸਾਰੀ ਬੀਜੇਪੀ ਦੀ ਸਿਆਸਤ ਕੀਤੀ ਜਾ ਰਹੀ ਆ ਤੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਜੋ ਫੰਕਸ਼ਨ ਹੈ ਧਾਰਮਿਕ ਘਟ ਹੈ ਅਤੇ ਸਿਆਸੀ ਜ਼ਿਆਦਾ ਇਹ ਬੀਜੇਪੀ ਦਾ ਸਮਾਗਮ ਹੈ ਸੋ ਦੂਸਰਾ ਜੋ ਪੰਜਾਬ ਦਾ ਪੋਲੀਟੀਕਲ ਲੀਡਰ ਹੈ ਉਹ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਸਨੇ ਵੀ ਆਪਣੀ ਕੌਨਸਟਿਚੁਐਂਸੀ ਅਸੈਂਬਲੀ ਕੌਨਸਟਿਚੁਐਂਸੀ ਗਿੱਦੜਵਾੜ ਫਲੈਕਸ ਲਵਾਏ ਹਨ ਵੱਡੇ ਵੱਡੇ ਅਤੇ ਉਹਨਾਂ ਰਾਈ ਇਸ ਦਿਨ ਨੂੰ ਆਪਣੇ ਕੌਨਸਟਿਚੁਐਂਸੀ ਦੇ ਮੈਂਬਰਾਂ ਨੂੰ ਨਾਗਰਿਕਾਂ ਨੂੰ ਵੋਟਰਾਂ ਨੂੰ ਵਧਾਈ ਦਿੱਤੀ ਹੈ ਉਹਨਾਂ ਦਾ ਇਹ ਆਕਾਰ ਜੇ ਰਚਾਣਾ ਵੀ ਇੱਕ ਚੰਗੀ ਗੱਲ ਹੈ ਉਹ ਤਾਂ ਅਰਪਜਨ ਸਿੰਘ ਤੋਂ ਵੀ ਅੱਗੇ ਨਿਕਲ ਗਏ ਉਹਨਾਂ ਨੇ ਆਪਣੀ ਕੌਨਸਟੀਚੁਐਂਸੀ ਵਿੱਚ ਘਰ-ਘਰ ਜਾ ਕੇ ਪੰਜ-ਪੰਜ ਲੱਡੂ ਪੰਜ-ਪੰਜ ਦੀਵੇ ਪੰਜ-ਪੰਜ ਰੂ ਦੀਆਂ ਬੱਤੀਆਂ ਅਤੇ ਨਾਲ ਸਰੋਂ ਦੇ ਤੇਲ ਦੀ ਸ਼ੀਸ਼ੀ ਵੀ ਵੰਡੀ ਉਹਨਾਂ ਦਾ ਇਹ ਕਰਨ ਦਾ ਜਿਹੜਾ ਉਦੇਸ਼ ਹੈ ਉਬੜਾ ਸਪਸ਼ਟ ਹੈ ਕਿ ਬਹੁਤ ਸਾਰੇ ਹਿੰਦੂਆਂ ਦਾ ਇਸ ਸਮਾਗਮ ਜਿਹੜਾ ਇਹ ਰਾਮ ਜੀ ਭਗਵਾਨ ਜੀ ਦਾ ਹੈ ਤਾਂ ਉਹਦੇ ਵਿੱਚ ਜੇ ਕੁਝ ਸ਼ਲੋਕ ਸੈਲੀਬ੍ਰੇਟ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਸੈਲੀਬ੍ਰੇਟ ਕਰਨ ਲਈ ਸਮੱਗਰੀ ਘਰੇ ਪ੍ਰਦਾਨ ਕਰਨਾ ਉਹਨਾਂ ਦਾ ਇੱਕ ਕਾਰਜ ਹੈ ਸ਼ੁਭ ਕਾਰਜ ਕਹਿ ਸਕਦੇ ਹਾਂ ਕਿਉਂਕਿ ਉਹਨਾਂ ਦੀ ਨੈਸ਼ਨਲ ਜਿਹੜੀ ਪਾਰਟੀ ਦਾ ਪ੍ਰਧਾਨ ਹੈ ਖੜਗਈ ਜੀ ਅਤੇ ਸੀਨੀਅਰ ਲੀਡਰ ਸੋਨੀਆ ਗਾਂਧੀ ਜੀ ਨੂੰ ਇਨਵੀਟੇਸ਼ਨ ਆਇਆ ਪਰ ਉਹਨਾਂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਉਹਨਾਂ ਨੇ ਇਹ ਕਰਕੇ ਇਸ ਨੂੰ ਰਿਜੈਕਟ ਕਰ ਦਿੱਤਾ ਕਿਉਂਕਿ ਇਹ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ ਇੱਕ ਰਾਜਸੀ ਪ੍ਰੋਗਰਾਮ ਹੈ ਜਿਹੜਾ ਕਿ ਉਹਨਾਂ ਨੇ ਧਰਮ ਦੇ ਨਾਂ ਤੇ ਕੀਤਾ ਹੈ राम जन्मभूमि ਵਿੱਚ ਅਜੂਦੀ ਆ ਵਿੱਚ ਇੱਥੇ ਇੱਕ ਗੱਲ ਬੜੀ ਸਪਸ਼ਟ ਕੀਤੀ ਹੈ ਹਰਭਜਨ ਸਿੰਘ ਨੇ ਉਹਨਾਂ ਨੇ ਕਿਹਾ ਵੀ ਮੈਂ ਜਾ ਰਿਆਂ ਆਪਣੇ ਪਰਿਵਾਰ ਨੂੰ ਵੀ ਲੈ ਕੇ ਜਾ ਰਿਹਾ ਹਾਂ ਔਰ ਮੈਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਆਮ ਆਦਮੀ ਪਾਰਟੀ ਜਾਂ ਉਸ ਦੇ ਸੀਨੀਅਰ ਲੀਡਰ ਮੇਰੇ ਇਸ ਤਰ੍ਹਾਂ ਦੇ ਸਮਾਗਮ ਵਿੱਚ ਜਾਣ ਉੱਪਰ ਉਹ ਕੀ ਸੋਚਦੇ ਮੇਰਾ ਇਹਦੇ ਤੇ ਕੋਈ ਅਸਰ ਨਹੀਂ ਇਹ ਉਹਨਾਂ ਦਾ ਆਪਣੀ ਸੋਚ ਹੈ ਉਹ ਜੋ ਮਰਜ਼ੀ ਸੋਚੀ ਜਾਣ ਪਰ ਮੈਂ ਫਿਰ ਵੀ ਜਾ ਰਿਹਾ ਹਾਂ ਸੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਾਨੀ ਕਨਵੀਨੀਅਨ ਰਣ ਜੋ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੇ ਵੀ ਇਸ ਸਮਾਗਮ ਨੂੰ ਸਿਆਸੀ ਸਮਾਗਮ ਗਿਆ ਬੀਜੇਪੀ ਦਾ ਇੱਕ ਪੋਲੀਟੋ ਰਿਲੀਜੀਅਸ ਸਮਾਗਮ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 2024 ਦੀਆਂ ਵੋਟਾਂ ਨੂੰ ਨਜ਼ਰ ਮਤੇ ਰੱਖਦੇ ਹੋਏ ਇਹ ਸਾਰਾ ਪ੍ਰੋਗਰਾਮ ਬਣਾਇਆ ਔਰ ਇਸ ਦੀ ਉਹਨਾਂ ਨੇ ਆਲੋਚਨਾ ਵੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਰਾਮ ਜਨਮ ਬੁਮੀਦੇ ਅਜੁਦਿਆ ਵਿੱਚ ਹੋ ਰੇ ਪ੍ਰਾਣ ਪ੍ਰਤੀਸ਼ਟਾ ਜਿਹੜਾ ਸਮਾਗਮ ਹੈ ਉਸ ਦਾ ਉਹਨਾਂ ਨੇ ਵੋਟਾਂ ਲੈਣ ਲਈ ਸਿਆਸੀਕਰਨ ਕੀਤਾ ਪ੍ਰਧਾਨ ਮੰਤਰੀ ਨੂੰ ਅਜਿਹਾ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਇਸ ਬਾਰੇ ਤਾਂ ਕੀ ਕਹਿ ਸਕਦੇ ਆ ਪਰ ਇਹ ਕਹਿ ਸਕਦੇ ਆ ਕਿ ਪ੍ਰਧਾਨ ਮੰਤਰੀ ਇਹ ਨਰੇਂਦਰ ਮੋਦੀ ਕੋਈ ਬਹੁਤੇ ਅਜੇਹੀਆਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਨਾ ਤੁਹਾਨੂੰ ਪਤਾ ਹੈ ਇਲੈਕਸ਼ਨ ਕਮਿਸ਼ਨ ਦੀ ਪਰਵਾਹ ਕਰਦੇ ਨਾ ਉਹ ਸੁਪਰੀਮ ਕੋਰਟ ਦੀ ਪਰਵਾਹ ਕਰਦੇ ਨਾ ਹੀ ਉਹ ਕੋਈ اپੋਜੀਸ਼ਨ ਪਾਰਟੀ ਦੀ ਪਰਵਾਹ ਕਰਦੇ ਤੁਹਾਡੇ ਸਾਹਮਣੇ 150 ਮੈਂਬਰ ਪਾਰਲੀਮੈਂਟਿਸ ਤੋਂ ਬਾਅਦ ਵੀ ਰਾਜ ਸਭਾ ਮੈਂਬਰਾਂ ਨੂੰ ਕੱਢਦਾ ਸਸਪੈਂਡ ਕਰਦਾ ਉਹਨਾਂ ਨੂੰ ਕਿਹਾ ਜਾਓ ਕਰੇ ਜਾ ਕੇ ਤੁਸੀਂ ਰਾਮ ਕਰੋ ਤੁਹਾਡੀ ਕੋਈ ਪਾਰਲੀਮੈਂਟ ਜਾਂ ਰਾਜ ਸਭਾ ਚ ਸਾਨੂੰ ਜ਼ਰੂਰਤ ਨਹੀਂ ਹੁਣ ਸਵਾਲ ਇਹ ਹੈ ਕਿ ਵੀ ਰਾਜਾ ਵੜਿੰਗ ਨੇ ਅਜਿਆ ਕਿਉਂ ਕੀਤਾ ਰਾਜਾ ਵੜਿੰਗ ਦੀ ਜਿਹੜੀ ਕੌਨਸਟਿਟੂਐਂਸੀ ਹੈ ਪਲਾਤ ਉਹਦੇ ਵਿੱਚ ਬਹੁਤ ਵੱਡੀ ਗਿਣਤੀ Hindu ਵੋਟਰਾਂ ਦੀ ਹੈ ਸੋ ਆਪਣੀਆਂ ਵੋਟਰਾਂ ਦੇ ਭਾਵਨਾਵਾਂ ਦਾ ਸਤਿਕਾਰ ਕਰਨਾ ਉਹਨਾਂ ਦਾ ਐਜ਼ ਐਮਐਲਏ ਉਹਨਾਂ ਨੇ ਫਰਜ ਸਮਝਿਆ ਭਾਵੇਂ ਉਹਨਾਂ ਦੀ ਪਾਰਟੀ ਨੇ ਇਸ ਸਾਰੇ ਪ੍ਰੋਗਰਾਮ ਦੀ ਬੜੀ ਸਖਤ ਅਲੋਚਨਾ ਕੀਤੀ ਔਰ ਤੁਹਾਨੂੰ ਬੜਾ ਹੋਏਗਾ ਕਿ ਇਹ ਜੋ ਹਰਪਜਨ ਸਿੰਘ ਹਨ ਇਹ ক্রিকেট ਦੇ ਸੈਲੀਬ੍ਰਿਟੀ ਹਨ ਤੋਂ ਆਮ ਆਦਮੀ ਪਾਰਟੀ ਦੇ 7 ਮੈਂਬਰ ਪਾਰਲੀਮੈਂਟਾਂ ਜਾਂ ਰਾਜ ਸਭਾ ਦੇ ਮੈਂਬਰ ਹਨ ਪਰ ਉਹਨਾਂ ਵਿੱਚੋਂ ਕੋਈ ਵੀ ਨਹੀਂ ਜਾ ਰਿਹਾ ਚਾਹੇ ਕੋਈ ਸਿੱਖ ਹੈ ਜਾਂ ਨਾਨ ਸਿੱਖ ਹੈ ਸੋ ਉਹਨਾਂ ਨੇ ਇਸ ਸਮਾਗਮ ਨੂੰ ਪੂਰੀ ਤਰ੍ਹਾਂ ਬਾਈਕਾਡ ਸ਼ਬਦ ਯੂਜ਼ ਕਰ ਲੀਏ ਜਾਂ ਕਹਿ ਲੀਏ ਵੀ ਇਸ ਸਮਾਗਮ ਨੂੰ ਵੱਲੋਂ ਉਹਨਾਂ ਨੇ ਆਪਣੀ ਪਿੱਠ ਕਰ ਲਈ ਹੈ ਕੁਝ ਵੀ ਕਿਹਾ ਜਾ ਸਕਦਾ ਪਰ ਹਰਪਜਨ ਸਿੰਘ ਦਾ ਇਸ ਤਰ੍ਹਾਂ ਦਾ ਫੈਸਲਾ ਉਹਨਾਂ ਦੇ ਜੋ ਆਪਣੀ ਬਲਵਾਨ ਸ਼ਖਸੀਅਤ ਦਾ ਸਿੱਟਾ ਕਿ ਉਹਨਾਂ ਨੇ ਆਪਣਾ ਪੋਲੀਟੀਕਲ ਕੈਰੀਅਰ ਦਾ ਫਿਊਚਰ ਇਸ ਤੋਂ ਬਾਅਦ ਰਹਿੰਦਾ ਹੈ ਜਾਂ ਖਤਮ ਹੁੰਦਾ ਹੈ ਉਹਨਾਂ ਨੂੰ ਕੋਈ ਬਹੁਤੀ ਪਰਵਾਹ ਨਹੀਂ ਵੈਸੇ ਵੀ ਹਰਪਜਨ ਸਿੰਘ ਜੋ ਹੈਗੇ ਉਹਨਾਂ ਦਾ ਕ੍ਰਿਕਟ ਦੀ ਦੁਨੀਆ 'ਚ ਬੜਾ ਉੱਚਾ ਨਾਂ ਥਾ ਹੈ ਅਤੇ ਉਹਨਾਂ ਨੇ ਦੇਸ਼ ਨੂੰ ਕ੍ਰਿਕਟ ਬਹੁਤ ਉੱਚੀ ਪੱਧਰ ਤੱਕ ਲਿਆ ਕੇ ਗਏ ਹਨ ਸੋ ਉਹਨਾਂ ਦਾ ਜੇ ਆ ਫੈਸਲਾ ਲੈਣ ਨਾਲ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਥੋੜਾ ਜਿਆਦਾ ਤੱਕਾ ਲੱਗਾ ਹੋਵੇ ਮਹਿਸੂਸ ਹੋਇਆ ਹੋਵੇ ਪਰ ਉਹਨਾਂ ਨੇ ਇਹੋ ਜੀ ਕੋਈ ਆਪਣੀ ਜਿਹੜੀ ਇਹ ਉਹ ਭਾਵਨਾ ਕਿਸੇ ਨੇ ਹਲੇ ਤੱਕ ਦਿਖਾਈ ਨਹੀਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੱਲ ਦੀ ਅੱਧੇ ਦਿਨ ਦੀ ਸਾਰੇ ਦੇਸ਼ ਵਿੱਚ ਛੁੱਟੀ ਅਨਾਉਂਸ ਕੀਤੀ ਹੈ ਤੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਵੀ ਸਾਰੇ ਬੈਂਕਾਂ ਨੂੰ ਅੱਧੇ ਦਿਨ ਦੀ ਛੁੱਟੀ ਕਰਨ ਲਈ ਕਿਹਾ ਕਿਉਂਕਿ ਇਹ ਜਿਹੜਾ ਪ੍ਰਾਣ ਪ੍ਰistitਿਸ਼ਤਾ ਦਾ ਸਮਾਗਮ ਹੈ ਇਸ ਨੂੰ ਉਹਨਾਂ ਨੇ ਦੇਸ਼ ਪੱਧਰ ਤੇ ਲੋਕਾਂ ਨੂੰ ਮਨਾਉਣ ਲਈ ਇੱਕ ਸੁਨਿਆਹ ਦਿੱਤਾ ਅਤੇ ਤੁਹਾਨੂੰ ਪਤਾ ਹੀ ਹੋਏਗਾ ਕਿ ਦੇਸ਼ ਦੇ ਸਾਰੇ ਪਿੰਡਾਂ ਵਿੱਚ ਪੰਜ-ਪੰਜ ਦੀਵੇ ਪੰਜ-ਪੰਜ ਰੂ ਦੀਆਂ ਬਤੀਆਂ ਤੇ ਸਰੋਂ ਦਾ ਤੇਲ ਤੇ ਲੱਡੂ ਭਾਜਪੀ ਦੀ ਜੋ ਸੰਸਥਾ ਜਾਂ ਅਸੀਂ ਕਹ ਲਈਏ ਆਰਐਸਐਸ ਉਹਨਾਂ ਦੇ ਵਰਕਰਾਂ ਨੇ ਘਰ-ਘਰ ਪੂਜਦੇ ਕੀਤੇ ਅਤੇ ਲੋਕਾਂ ਨੂੰ ਇਹ ਜਗਾਣ ਲਈ ਗਿਆ ਤੇ ਉਸ ਕੱਲ ਉਹਨਾਂ ਨੂੰ ਮੰਦਰਾਂ ਵਿੱਚ ਵੀ ਦੀਪਮਾਲਾ ਕਰਨ ਨੂੰ ਕਿਹਾ ਕੱਲ ਲੱਗਦਾ ਹੈ ਕਿ ਦੇਸ਼ ਭਰ ਦੇ ਮੰਦਰਾਂ 'ਚ ਬਹੁਤ ਵੱਡੇ ਪੱਧਰ ਤੇ ਦੀਪਮਾਲਾ ਹੋਏਗੀ ਕਿਉਂਕਿ ਅਜੁੱਧਿਆ ਵਿੱਚ 1 ਲੱਖ ਦੇ ਕਰੀਬ ਦੀਵੇ ਜਿਹੜੇ ਕੱਲ ਜਲਾਏ ਜਾਣਗੇ ਰੋਸ਼ਨੀ ਕੀਤੀ ਜਾਏਗੀ ਇੱਕ ਇਤਿਹਾਸ ਕ੍ਰੀਏਟ ਕੀਤਾ ਜਾਏਗਾ ਰਾਮ ਜਨਮ ਭੂਮੀ ٹرسٹ ਵੱਲੋਂ ਇਹ ਅਰੇਂਜ ਕੀਤਾ ਗਿਆ ਔਰ ਉੱਥੋਂ ਦੇ ਜੋ ਜਨਰਲ ਸੈਕਟਰੀ ਹਨ ਰਾਮ ਜਨਮ ਮੂਵਮੈਂਟ ٹرسٹ ਦੇ ਚੰਪਤ ਰਾਏ ਜੀ ਉਹਨਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਕੱਲ 22 ਤਰੀਕ ਨੂੰ ਦੀਵੇ ਜਗਾ ਕੇ ਘਰਾਂ ਨੂੰ ਰੋਸ਼ਨਿਆਣ ਰੋਸ਼ਨੀਕਰਨ ਅਤੇ ਆਪਣੇ ਭਗਵਾਨ श्री राम चंद्र जी ਨੂੰ ਆਪਣਾ ਸਨਮਾਨ ਦੀਆਂ ਭਾਵਨਾਵਾਂ ਜਿਹੜੀਆਂ ਵਿਅਸਤ ਕਰਨ ਚਲੋ ਇਹ ਲੋਕਾਂ ਦੀ ਆਸਤਾ ਦਾ ਸਵਾਲ ਹੈ ਇਹ ਇੱਕ ਚੰਗੀ ਗੱਲ ਹੈ ਇਹਦੇ ਉੱਤੇ ਅਸੀਂ ਬਹੁਤੇ ਕਮੈਂਟ ਨਹੀਂ ਮੈਂ ਕਰਨਾ ਚਾਹੁੰਦਾ ਪਰ ਇਸ ਗੱਲ ਨਾਲ ਮੈਂ ਸਹਿਮਤ ਹਾਂ ਜਿਹੜੀ ਖੜਗੇ ਜੀ ਨੇ ਕਹੀ ਹੈ ਕਿ ਇਹ ਜੋ ਸਮਾਗਮ ਹੈ ਇਸ ਦਾ ਸਿਆਸੀਕਰਨ ਕਰ ਦਿੱਤਾ ਗਿਆ ਭਗਵਾਨ ਰਾਮ ਜੀ ਦੇ ਜੋ ਮੂਰਤੀ ਲਗਣੀ ਹੈ ਜਿਸ ਦੀ ਪ੍ਰਾਣ ਪ੍ਰティਸ਼ਟਾ ਹੋਣੀ ਹੈ ਉਸ ਨੂੰ ਉਹਨਾਂ ਨੇ ਬੀਜੇਪੀ ਦਾ ਸਿਆਸੀ ਸਮਾਗਮ ਬਣਾ ਦਿੱਤਾ ਹੈ ਅਜੇ ਆ ਨਹੀਂ ਸੀ ਕਰਨਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਪਰ ਕਿਉਂਕਿ 2024 ਦੀਆਂ ਚੋਣਾਂ ਵਿੱਚ ਉਹਨਾਂ ਨੂੰ ਐ ਲੱਗਦਾ ਕਿ ਲੋਕਾਂ ਨੂੰ ਵੋਟਰਾਂ ਨੂੰ ਦੇਸ਼ ਦੇ ਨੂੰ ਦੱਸਣ ਲਈ ਉਹਨਾਂ ਕੋਲ ਕੋਈ ਪ੍ਰਾਪਤੀਆਂ ਤੇ ਹੈ ਨਹੀਂ ਨਾ ਗਰੀਬੀ ਦੂਰ ਹੋਈ ਨਾ ਨੌਕਰੀਆਂ ਮਿਲੀਆਂ ਨਾ ਮੰਗਾਈ ਘਟੀ ਅਤੇ ਨਾ ਹੀ ਕੋਈ ਉਹਨਾਂ ਦੇ ਦੇਸ਼ ਦੇ ਪ੍ਰਸ਼ਾਸਨ ਵਿੱਚ ਪ੍ਰਬੰਧ ਵਿੱਚ ਕੋਈ ਉੱਚ ਪਦਰੀ ਬਦਲਾਅ ਆਇਆ ਦੇਸ਼ ਉਵੇਂ ਹੀ ਚੱਲ ਰਿਹਾ ਕ腐ਸ਼ਨ ਵੀ ਉਵੇਂ ਹੀ ਚੱਲ ਰਹੀ ਹੈ ਤੇ ਈਡੀ ਦਾ ਪ੍ਰਯੋਗ ਵੀ ਉਵੇਂ ਹੀ ਹੋ ਰਿਹਾ ਹੈ ਈਡੀ ਭਾਜਪਾ ਪਾਰਟੀ ਦੀ ਇੱਕ ਵਿੰਗੀ ਬਣ ਗਿਆ ਈਡੀ ਰਾਈ ਜਿਹੜੇ ਵਿਰੋਧੀ ਹੈਗੇ ਨੇ ਸਿਆਸੀ ਵਿਰੋਧੀ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਫੜਿਆ ਜਾਂਦਾ ਉਹਨਾਂ ਦੀ ਕਰਾਪਸ਼ਨ ਐਕਸਪੋਜ਼ ਕੀਤੀ ਜਾਂਦੀ ਹੈ ਮੈਂ ਨਿੱਜੀ ਤੌਰ ਤੇ ਕਰਪਟ ਬੰਦਿਆਂ ਉੱਪਰ ਅਗਰ ਕੋਈ ਸਰਕਾਰ ਐਕਸ਼ਨ ਲੈਂਦੀ ਹੈ ਤਾਂ ਮੈਂ ਉਹਦੇ ਵਿਰੁੱਧ ਨਹੀਂ ਉਹ ਠੀਕ ਹੈ ਪਰ ਇਹ ਇੱਕ ਤਰਫਾ ਨਹੀਂ ਹੋਣਾ ਚਾਹੀਦਾ ਜਿਹੜੇ ਕਾਂਗਰਸੀ ਭਾਜਪਾ ਵੀ ਚੱਲੇਗੇ ਉਹ ਡਰਾਈ ਗਲੀਨ ਹੋ ਗਏ ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਪੰਜਾਬ ਦੇ ਬਹੁਤ ਸਾਰੇ ਕਰਪਟ ਲੀਡਰ ਮਨਿਸਟਰ ਜਾਨੀ ਕਿ ਪੰਜਾਬ ਸਰਕਾਰ ਦੇ ਸਮੇਤ ਕੈਪਟਨ ਅਮਰਿੰਦਰ ਸਿੰਘ ਜੋ ਉਹਨਾਂ ਦਾ ਮੁੱਖ ਮੰਤਰੀ ਸੀ ਉਹਨਾਂ ਦਾ ਬੇਟਾ ਜਿਹੜਾ ਉਹਨਾਂ ਦੀ ਵਾਈਫ ਜਿਨ੍ਹਾਂ ਉੱਪਰ ਸਭ ਉੱਪਰ ਜਿਹੜੇ ਐਡੀ ਨੇ ਵਾਕਵਾਕ ਕੇਸ ਰਜਿਸਟਰ ਕੀਤੇ ਹੋਏ ਸੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਦੇ ਫਾਰਨ ਸਵਿਚ ਬੈਂਕ ਅਕਾਊਂਟ ਵੀ ਫੈਮਿਲੀ ਦੇ ਮਿਲੇ ਲੰਡਨ ਵਿੱਚ ਜਾਇਦਾਦ ਵੀ ਮਿਲੀ ਸੋ ਮਨੀ ਲੌਂਡਰਿੰਗ ਦਾ ਕੇਸ ਵੀ ਰਜਿਸਟਰ ਹੋਇਆ ਸੋ ਇਦਾਂ ਦੀਆਂ ਸਾਰੇ ਦੇਸ਼ ਵਿੱਚ अनेका ਮਿਸਾਲਾਂ ਕਿ ਬਹੁਤ ਸਾਰੇ ਵਿਰੋਧੀ ਪਾਰਟੀਆਂ ਦੇ ਕਰਪਟ ਲੀਡਰਾਂ ਨੂੰ ਸਵਰਗ ਲੱਭ ਗਿਆ ਬੀਜੇਪੀ ਪਾਰਟੀ ਦਾ ਉਹਨਾਂ ਨੇ ਜਿਹੜਾ ਲੁੱਟਦਾ ਪੈਸਾ ਇਕੱਠਾ ਕੀਤਾ ਸੀ ਉਦਾ ਉਹਨਾਂ ਨੇ ਆਨੰਦ ਲੈਣ ਲਈ ਕੀਤਾ ਸੀ ਨਾ ਕਿ ਜੇਲ੍ਹਾਂ ਚ ਜਾਣ ਲਈ ਕੀਤਾ ਸੀ ਸੋ ਜੇਲ੍ਹਾਂ ਚੋਂ ਬਚਣ ਲਈ ਇੱਕ ਸੁਖਾਲਾ ਰਸਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਅਮਿਸ਼ਾ ਜੀ ਨੇ ਜੋ ਘੜਿਆ ਉਹ ਬਹੁਤ ਹੀ ਸਵਰਗ ਮਈ ਰਸਤਾ ਹੈ ਕਿ ਤੁਸੀਂ ਭਾਜਪਾ ਜਾਇਨ ਕਰ ਲੋ ਜਿਹੜੀ ਲੁੱਟ ਤੁਸੀਂ ਇਕੱਠੀ ਕੀਤੀ ਉਹਦੀ ਮੋਜ ਮਾਣੋ ਐਸ਼ ਕਰੋ ਦੁਨੀਆ ਚ ਕੋ ਮੂੰ ਤੁਹਾਡੇ ਬੱਚੇ ਵੀ ਆਸ਼ਾ ਕਰਨ ਤੇ ਤੁਸੀਂ ਆਪਣੀਆਂ ਜਦਾਦਾ ਵੀ ਸਮਾਲ ਕੇ ਰੱਖੋ ਜਿਹੜੀਆਂ ਲੁੱਟ ਨਾਲ ਬਣਾਈਆਂ ਜੇ ਤੁਸੀਂ ਵਿਰੋਧੀ ਪਾਰਟੀਆਂ ਨਹੀਂ ਛੱਡਦੇ ਫਿਰ ਤੁਸੀਂ ਜੇਲ੍ਹ ਵੀ ਜਾਓਗੇ ਕੇਸ ਵੀ ਚੱਲਣਗੇ ਤੁਹਾਡੀ ਬਲੈਕ ਮਨੀ ਵੀ ਈਡੀ ਲੈ ਜਾਏਗੀ ਅਤੇ ਤੁਹਾਡੀ ਜਿਹੜੀ ਬਲੈਕ ਮਨੀ ਨਾਲ ਮਨੀ ਲਾਂਡਰੀ ਨਾਲ ਜੋ ਤੁਸੀਂ ਜ਼ਿਆਦਾ ਬਣਾਈਏ ਉਹ ਵੀ ਈਡੀ ਜ਼ਬਤ ਕਰਾ ਦੇਗੀ ਇਸ ਕਰਕੇ ਇਸ ਪਾਰਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜੋ ਸਵਰਗ ਆਪਣੀ ਪਾਰਟੀ ਵਿੱਚ ਬਣਾਇਆ ਕਰਪਟ ਲੋਕਾਂ ਲਈ ਉਹ ਤੇ ਉਹਨਾਂ ਨੂੰ ਜਿਵੇਂ ਜੰਨਤ ਮਿਲੀ ਹੋਵੇ ਇਸ ਲਈ ਬਹੁਤ ਸਾਰੇ ਕਰਪਟ ਲੀਡਰ ਵੱਖ-ਵੱਖ પાર્ટીਾਂ ਚੋਂ ਇਸ ਪਾਰਟੀ 'ਚ ਚਲੇ ਗਏ ਤੇ ਜੰਨਤ 'ਚ ਬੈਠੇ ਜਿਹੜੇ ਨਹੀਂ ਗਏ ਉਹਨਾਂ ਨੂੰ ED ਦੇ ਨੋਟਿਸ ਆ ਰਹੇ ਨੇ ਦਵਾਦਬ 2000 ਚੀਫ ਨੇਟਨ ਹੋ ਰਹੇ ਨੇ ਕੇਜਰੀਵਾਲ ਨੂੰ ਜਿਹਨੂੰ ਕੇਜਰੀਵਾਲ ਦੇ ਤਿੰਨ ਮੰਤਰੀ ਦੋ ਮਨਿਸਟਰ ਅਤੇ ਇੱਕ ਰਾਜ ਸਭਾ ਮੈਂਬਰ ਜੀਲ 'ਚ ਬੈਠਾ ਸੋ ਇਦਾਂ ਹੀ ਹੋਰ ਪਾਰਟੀਆਂ ਦੇ ਵੀ ਹਨ ਸੋ ਇਹ ਮੈਂ ਕਹਿਣਾ ਚਾਹਨਾ ਕਿ ਵੀ ਜਿਹੜਾ ਕੱਲ ਦਾ ਸਮਾਗਮ ਹੈ ਉਹਦੇ ਲਈ ਜੋ ਪ੍ਰਧਾਨ ਮੰਤਰੀ ਜੀ ਨੇ ਸਾਰੇ ਦੇਸ਼ ਨੂੰ ਇੱਕ ਵਿਦੇਸ਼ ਜਾਰੀ ਕੀਤਾ ਹੈ ਇੱਕ ਨਮੰਤਰਨ ਦਿੱਤਾ ਕਿ ਉਹ ਘਰ ਘਰ ਦੀ ਬਿਜਲਾਨ ਅਤੇ ਜਿਹੜੇ ਲੋਕੀ ਦੀਵੇ ਨਹੀਂ ਖਰੀਦ ਸਕਦੇ ਤੇਲ ਬੱਤੀ ਨਹੀਂ ਖਰੀਦ ਸਕਦੇ ਲੱਡੂ ਨਹੀਂ ਖਰੀਦ ਸਕਦੇ ਉਹਨਾਂ ਦੇ ਘਰ ਬੀਜੇਪੀ ਆਰਐਸਐਸ ਨੇ ਇਹ ਵਸਤਾਂ ਪੁੱਜਦੀਆਂ ਕਰ ਦਿੱਤੀਆਂ ਇਹ ਚਰਚਾ ਨੂੰ ਮੈਂ ਇਥੇ ਸਮਾਪਤ ਕਰਦਾ ਉਮੀਦ ਕਰਦਾ ਕਿ ਇਹ ਚਰਚਾ ਤੁਹਾਨੂੰ ਪਸੰਦ ਆਏਗੀ ਜੇਕਰ ਹੁਣ ਤੱਕ ਤੁਸੀਂ ਇਸ ਚੈਨਲ ਲਈ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਇਸ ਦਾ ਬੈਲ ਆਈਕਨ ਜ਼ਰੂਰ ਬਣਾਓ ਇਹਨੂੰ ਲਾਈਕ ਕਰੋ ਔਰ ਇਹਦੀ ਬੈਲ ਇਹਦੀ ਘੰਟੀ ਜ਼ਰੂਰ ਦਬਾਓ ਔਰ ਇੱਕ ਗੱਲ ਨਹੀਂ ਭੁੱਲਣੀ ਜੋ ਵੀ ਤੁਹਾਡੇ ਵਿਚਾਰ ਹੋਣ ਇਸ ਵੀਡੀਓ ਵਿੱਚ ਡਿਸਕਸ ਕੀਤੀ ਗਈ ਗੱਲਬਾਤ ਦੇ ਪੋਲੀਟੀਕਲ ਗੱਲਬਾਤ ਦੇ ਰਿਲੀਜੀਅਸ ਤੇ ਉਹਦੇ ਵਿੱਚ ਆਪਣੇ ਕਮੈਂਟਸ ਜ਼ਰੂਰ ਦਰਜ ਕਰੋ ਧੰਨਵਾਦ ਸਾਧਰੀਆ